ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਵੱਲੋਂ CBA ਇਨਫੋਟੈਕ ਕਲਾਨੋ ਰੋਡ ਗੁਰਦਾਸਪੁਰ ਵਿੱਚ ਇੰਜੀਨੀਅਰਿੰਗ ਡੇ ਮਨਾਇਆ ਗਿਆ। ਮੁੱਖ ਮਹਿਮਾਨ ਸ਼੍ਰੀ ਵਿਕਾਸ ਮਹਾਜਨ, ਉਪ ਪ੍ਰਧਾਨ ਆਲ ਇੰਡੀਆ ਯੂਥ ਮਹਾਜਨ ਸਭਾ ਅਤੇ ਵਿਸ਼ੇਸ਼ ਮਹਿਮਾਨ ਇੰਜੀਨੀਅਰ ਸੰਦੀਪ ਕੁਮਾਰ ਮੈਨੇਜਿੰਗ ਡਾਇਰੈਕਟਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ ਅਤੇ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਗਾਣ ਵੀ ਗਾਇਆ ਗਿਆ। ਸ਼ਾਖਾ ਦੇ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਫੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਰਾਜੇਸ਼ ਮਲਹੋਤਰਾ ਨੇ ਆਏ ਹੋਏ ਸਭ ਦਾ ਮਹਿਮਾਨਾਂ ਦਾ ਸਵਾਗਤ ਵੀ ਕੀਤਾ ਅਤੇ ਬ੍ਰਾਂਚ ਦੇ ਮੈਂਬਰਾਂ ਨਾਲ ਜਾਣ ਪਹਿਚਾਣ ਕਰਵਾਈ ਗਈ ਅਤੇ BVP ਵੱਲੋਂ ਕਰਵਾਏ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ ਗਈ। ਇੰਜੀਨੀਅਰ ਮਹਿੰਦਰ ਕੁਮਾਰ ਵੱਲੋਂ ਇੰਜੀਨੀਅਰ ਦਿਵਸ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਬ੍ਰਾਂਚ ਵੱਲੋਂ ਵਿਸ਼ੇਸ਼ ਮਹਿਮਾਨ ਇੰਜੀਨੀਅਰ ਸੰਦੀਪ ਕੁਮਾਰ ਮੈਨੇਜਿੰਗ ਡਾਇਰੈਕਟਰ ਅਤੇ ਇੰਜੀਨੀਅਰ ਸਿਮਰਨ ਚੇਅਰਪਰਸਨ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇੰਸਟੀਟਿਊਟ ਦੇ ਵੱਲੋਂ ਇੰਜੀਨੀਅਰ ਸਿਮਰਨ ਚੇਅਰਪਰਸਨ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਜੋਤੀ ਪ੍ਰਜਵਲਨ ਦੀ ਰਸਮ ਤੋਂ ਬਾਅਦ ਸਾਰੇ ਤਾੜੀਆਂ ਮਾਰ ਕੇ ਸ਼ੁਰੂਆਤ ਕਰਨਗੇ ਕਾਰਜਕ੍ਰਮ ਦੀ। ਆਜੋ ਭਾਈ ਨਾਲ। ਸੁਜਲਾਮ ਸੁਭਲਾਮ ਮਲਯਸ ਸ਼ੀਤਲਮ ਠੀਕ ਸਤੰਬਰ ਨੂੰ ਹੁੰਦਾ ਪਰ 20 ਸੰਡੇ ਅਸੀਂ ਕੋਈ ਪ੍ਰੋਗਰਾਮ ਨਹੀਂ ਆਰਗਨਾਈਜ਼ ਕਰ ਸਕੇ, ਇਸ ਕਰਕੇ ਅੱਜ ਅਸੀਂ ਉਹਨੂੰ ਸੈਲੀਬ੍ਰੇਟ ਕਰ ਰਹੇ ਹਾਂ। ਵਾਈਸ ਪ੍ਰੈਜ਼ੀਡੈਂਟ ਆਲ ਇੰਡੀਆ ਯੂਥ ਮਹਾਜਨ ਸਭਾ, ਉਹਨਾਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਸਵਾਗਤ ਹੈ। ਉਹਨਾਂ ਦੇ ਨਾਲ ਇੰਜੀਨੀਅਰ ਸੰਦੀਪ ਕੁਮਾਰ ਜੀ, MD CBA ਇਨਫੋਟੈਕ ਮੈਡਮ ਸਿਮਰਨ, MD CBA ਇਨਫੋਟੈਕ, ਉਹਨਾਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਸਵਾਗਤ ਹੈ। ਉਹਨਾਂ ਦੇ ਨਾਲ ਮੈਂ ਰਜੇਸ਼ ਸਲੋਤਰਾ, ਪ੍ਰੈਜ਼ੀਡੈਂਟ ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ। ਮੈਂ ਅੱਜ ਇੰਜੀਨੀਅਰ ਡੇ 'ਤੇ ਸਾਰੇ ਮੈਂਬਰਾਂ ਨੂੰ, CBA ਇਨਫੋਟੈਕ ਅਤੇ ਸਟਾਫ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ। ਜਿੱਦਾਂ ਕਿ ਸਾਰਿਆਂ ਨੂੰ ਜਾਣੂ ਹੈ ਕਿ ਹਰ ਸਾਲ ਭਾਰਤ ਦੇ ਵਿੱਚ 15 ਸਤੰਬਰ ਨੂੰ ਇੰਜੀਨੀਅਰ ਡੇ ਮਨਾਇਆ ਜਾਂਦਾ ਵੈ। ਇਹ ਇੰਜੀਨੀਅਰ ਡੇ MVishwariya ਜਿਹੜੇ ਕਿ ਆਂਧਰਾ ਪ੍ਰਦੇਸ਼ ਤੋਂ ਇੰਜੀਨੀਅਰ ਸਿਵਲ ਇੰਜੀਨੀਅਰ ਹੋਏ ਸੀ, ਉਹਨਾਂ ਦੇ ਜਨਮ ਦਿਨ ਦੇ ਉੱਪਰ ਇਹ ਹਰ ਸਾਲ ਭਾਰਤ ਦੇ ਵਿੱਚ ਮਨਾਇਆ ਜਾਂਦਾ ਵੈ। ਸਾਡੀ ਬ੍ਰਾਂਚ ਭਾਰਤ ਵਿਕਾਸ ਪਰਿਸ਼ਦ ਹਰ ਸਾਲ ਜਿਹੜਾ ਕਿਸੇ ਨਾ ਕਿਸੇ ਵੀ ਇੰਜੀਨੀਅਰਿੰਗ ਇੰਸਟੀਚਿਊਟ ਦੇ ਵਿੱਚ ਜਾ ਕੇ ਇਸ ਡੇ ਨੂੰ ਸੈਲੀਬ੍ਰੇਟ ਕੀਤਾ ਜਾਂਦਾ। ਉਹਦੇ ਵਿੱਚ ਇੰਜੀਨੀਅਰਸ ਨੂੰ ਵੀ ਆਪਾਂ ਸਨਮਾਨਿਤ ਕਰਦੇ ਹਾਂ। ਇਸ ਸਾਲ ਅਸੀਂ ਇਹ ਕਾਰਜਕ੍ਰਮ ਜਿਹੜਾ ਵੈ CBA ਇਨਫੋਟੈਕ, ਜਿੱਥੇ ਇੰਜੀਨੀਅਰਿੰਗ ਦੇ ਸਟੂਡੈਂਟਸ ਨੂੰ ਅੱਛੀ ਜਿਹੜੀ ਪੜ੍ਹਾਈ ਦਿੱਤੀ ਜਾਂਦੀ ਹੈ,
ਉਸ ਇੰਸਟੀਚਿਊਟ 'ਚ ਅੱਜ ਆ ਕੇ ਅਸੀਂ ਕੀਤਾ ਵਾ, ਜਿਹਦੇ ਵਿੱਚ ਲਗਭਗ ਸਾਡੇ ਸ਼ਾਖਾ ਦੇ 15 ਮੈਂਬਰ ਜਿਹੜੇ ਸ਼ਾਮਿਲ ਹੋਏ ਸੀਗੇ, ਉਹਨਾਂ ਦੇ ਨਾਲ ਨਾਲ ਸਾਡੀ ਸ਼ਾਖਾ ਦੇ ਵਿੱਚ 4 ਇੰਜੀਨੀਅਰ ਨੇ ਜਿਹੜੇ ਅੱਛੇ ਉੱਚ ਅਹੁਦਿਆਂ ਤੋਂ ਰਿਟਾਇਰ ਹੋਏ ਨੇ, ਉਹਨਾਂ ਨੂੰ ਵੀ ਸਾਡੀ ਸ਼ਾਖਾ ਵੱਲੋਂ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਵਾ। ਅੱਜ ਦੇ ਕਾਰਜਕ੍ਰਮ ਦੇ ਮੁੱਖ ਮਹਿਮਾਨ ਸ਼੍ਰੀ ਵਿਕਾਸ ਮਹਾਜਨ ਜੀ, ਵਾਈਸ ਪ੍ਰੈਜੀਡੈਂਟ ਆਲ ਇੰਡੀਆ ਯੂਥ ਮਹਾਜਨ ਸਭਾ, ਉਹ ਸਾਡੇ ਅੱਜ ਦੇ ਮੁੱਖ ਮਹਿਮਾਨ ਸੀ। ਉਹਨਾਂ ਦੇ ਨਾਲ ਵਿਸ਼ਿਸ਼ਟ ਅਤਿਥੀ ਇੰਜੀਨੀਅਰ ਸੰਦੀਪ ਕੁਮਾਰ ਜੀ ਜਿਹੜੇ MD ਨੇ CBA ਇਨਫੋਟੈਕ ਦੇ, ਉਹਨਾਂ ਦੇ ਨਾਲ ਮੈਡਮ ਸਿਮਰਨ ਜਿਹੜੇ ਚੇਅਰਪਰਸਨ ਹੈ CBA ਇਨਫੋਟੈਕ, ਉਹ ਵਿਸ਼ੇਸ਼ ਰੂਪ 'ਤੇ ਇਸ ਕਾਰਜਕ੍ਰਮ 'ਚ ਸ਼ਾਮਿਲ ਹੋਏ ਸੀ। ਅੱਜ ਦੇ ਕਾਰਜਕ੍ਰਮ ਦੇ ਵਿੱਚ ਸਾਡੇ ਇੰਜੀਨੀਅਰ ਮਹਿੰਦਰ ਕੁਮਾਰ ਜੀ ਅਤੇ ਇੰਜੀਨੀਅਰ BB ਗੁਪਤਾ ਜੀ ਨੇ ਬੱਚਿਆਂ ਨੂੰ ਜਿਹੜਾ ਇੰਜੀਨੀਅਰ ਡੇ ਦੇ ਉੱਪਰ ਜਾਣਕਾਰੀ ਦਿੱਤੀ, ਕਿਉਂ ਮਨਾਇਆ ਜਾਂਦਾ, ਕਿਸ ਤਰ੍ਹਾਂ ਮਨਾਇਆ ਜਾਂਦਾ, ਐਮ ਵਿਸ਼ਵਰਿਆ ਦੇ ਬਾਰੇ ਜੀਵਨੀ ਦੇ ਉੱਪਰ ਦੱਸਿਆ ਗਿਆ, ਉਹਦੇ ਨਾਲ ਨਾਲ ਇੰਜੀਨੀਅਰ BB ਗੁਪਤਾ ਜੀ ਨੇ ਸਰ ਗੰਗਾ ਰਾਮ ਜੀ ਬਾਰੇ ਦੱਸਿਆ, ਜਿਨ੍ਹਾਂ ਨੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਹੋਏ ਸੀ, ਕਿਸ ਤਰ੍ਹਾਂ ਉਹਨਾਂ ਨੇ ਸਿਵਲ ਇੰਜੀਨੀਅਰਿੰਗ IIT ਰੁੜਕੀ ਤੋਂ ਕੀਤੀ ਅਤੇ ਲਾਹੌਰ ਦੇ ਵਿੱਚ ਜਿਹੜਾ ਬਹੁਤ ਅੱਛੇ ਬਿਲਡਿੰਗਾਂ ਜਿਹੜੀਆਂ ਉਹਨਾਂ ਨੇ ਸਥਾਪਿਤ ਕੀਤੀਆਂ, ਉਹਨਾਂ ਦੇ ਨਾਂ ਦੇ ਉੱਪਰ ਅੱਜ ਵੀ ਦਿੱਲੀ ਦੇ ਵਿੱਚ ਸਰ ਗੰਗਾ ਰਾਮ ਹੌਸਪੀਟਲ ਜਿਹੜਾ ਚੱਲ ਰਿਹਾ, ਜਿਹੜਾ ਦੁਨੀਆ ਦੇ ਅੱਛੇ ਤੋਂ ਅੱਛੇ ਹੌਸਪੀਟਲਾਂ ਦੇ ਵਿੱਚ ਸ਼ਾਮਿਲ ਹੁੰਦਾ ਵੈ। ਅੱਜ ਕਾਲਜ ਦੇ ਵੱਲੋਂ 4-5 ਸਟੂਡੈਂਟਸ ਨੇ ਜਿਹੜਾ ਇੰਜੀਨੀਅਰ ਡੇ ਦੇ ਉੱਪਰ ਬਹੁਤ ਵਧੀਆ ਜਿਹੜਾ ਆਪਣਾ ਭਾਸ਼ਣ ਪ੍ਰਸਤੁਤ ਕੀਤਾ ਵੈ, ਉਹਨਾਂ ਨੂੰ ਵੀ ਸਾਡੀ ਸ਼ਾਖਾ ਵੱਲੋਂ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਾਰਜਕ੍ਰਮ ਦੇ ਵਿੱਚ 50 ਤੋਂ 60 ਸਟੂਡੈਂਟਸ ਜਿਹੜੇ ਸੀ ਇੰਸਟੀਚਿਊਟ ਦੇ, ਉਹਨਾਂ ਨੇ ਵੀ ਉਹਦੇ 'ਚ ਆਪਣੀ ਸ਼ਿਰਕਤ ਕੀਤੀ ਆ। ਅਸੀਂ ਆਪਣੀ ਸ਼ਾਖਾ ਵੱਲੋਂ CBA ਇਨਫੋਟੈਕ ਦੇ MD ਸ਼੍ਰੀ ਸੰਦੀਪ ਕੁਮਾਰ ਜੀ ਨੂੰ ਸਨਮਾਨਿਤ ਕੀਤਾ, ਸਮ੍ਰਿਤੀ ਚਿੰਨ੍ਹ ਦੇ ਕੇ, ਕਿਉਂਕਿ ਅਸੀਂ ਇੰਜੀਨੀਅਰ ਡੇ ਮਨਾ ਰਹੇ ਹਾਂ, ਉਹ ਵੀ ਇੰਜੀਨੀਅਰ ਹੈ, ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕੀਤਾ। ਆਪਣੀ ਸ਼ਾਖਾ ਵੱਲੋਂ ਅਸੀਂ CBA ਇਨਫੋਟੈਕ ਦੇ ਬਹੁਤ ਧੰਨਵਾਦੀ ਹਾਂ। ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਵਾਲੇ ਇੰਜੀਨੀਅਰਸ ਨੂੰ ਹੈਪੀ ਇੰਜੀਨੀਅਰਸ ਡੇ। ਅੱਜ CBA ਇਨਫੋਟੈਕ ਦੇ ਵਿੱਚ ਇੰਜੀਨੀਅਰਸ ਡੇ ਦੇ ਮੌਕੇ 'ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਦੇ ਨਾਲ ਇੰਜੀਨੀਅਰਸ ਡੇ ਮਨਾਇਆ ਗਿਆ। ਇਸ ਮੌਕੇ ਦੇ ਉੱਤੇ ਭਾਰਤ ਵਿਕਾਸ ਪ੍ਰੀਸ਼ਦ ਦੀ ਸਾਰੀ ਟੀਮ ਜਿਹੜੀ ਸੀਗੀ CBA ਇਨਫੋਟੈਕ ਵਿੱਚ ਸ਼ਾਮਿਲ ਸੀਗੀ, ਐਂਡ ਇਸ ਮੌਕੇ ਦੇ ਉੱਤੇ ਬੱਚਿਆਂ ਨੇ ਕਾਫੀ ਹੀ ਵੱਧ ਚੜ੍ਹ ਕੇ ਆਪਣੇ ਜਿਹੜੇ ਵਿਚਾਰ ਸੀਗੇ ਉਹ ਪ੍ਰਸਤੁਤ ਕੀਤੇ, ਐਂਡ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਾਡੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਉਹਨਾਂ ਦੀ ਹੌਸਲਾ ਵਧਾਈ ਵੀ ਕੀਤੀ ਗਈ। ਮੈਂ ਭਾਰਤ ਵਿਕਾਸ ਪ੍ਰੀਸ਼ਦ ਦਾ ਬਹੁਤ ਹੀ ਧੰਨਵਾਦੀ ਹੈ ਕਿ ਉਹਨਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢਿਆ ਅਤੇ ਸਾਡੇ ਆਫਿਸ ਦੇ ਵਿੱਚ ਆ ਕੇ ਸਾਡੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।